ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ। ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ, ਪਿਛਲੇ 3 ਹਫ਼ਤਿਆਂ ਤੋਂ ਅਸੀਂ ਅੱਜ ਦਾ ਮੁੱਦਾ ਪਹਿਰੇਦਾਰ ਦੇ ਦਰਸ਼ਕਾਂ ਨਾਲ ਸਾਂਝਾ ਨਹੀਂ ਕੀਤਾ। ਇਸ ਦੇ ਪਿੱਛੇ ਕੀ ਕਾਰਨ ਰਹੇ ਹਨ? ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਦੇ ਦਰਸ਼ਕਾਂ ਦੇ ਨਾਲ ਤੁਹਾਡੀ 3 ਹਫ਼ਤਿਆਂ ਤੋਂ ਦੂਰੀ ਤੇ ਪਿੱਛੇ ਕਿਹੜੇ ਕਾਰਨ ਸਨ? ਉਹਨਾਂ ਕਾਰਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਜਰਾ ਜਾਣੂ ਕਰਵਾਓ। ਸਭ ਤੋਂ ਪਹਿਲਾਂ ਤਾਂ ਮੈਂ ਪਹਿਰੇਦਾਰ ਟੀਵੀ ਦੇ ਸਮੂਹ ਦਰਸ਼ਕਾਂ ਤੋਂ, 3 ਹਫ਼ਤੇ ਦਾ ਬਹੁਤ ਲੰਬਾ ਸਮਾਂ ਹੈ ਜਿਹੜਾ ਅਸੀਂ ਇੱਕ ਦੂਸਰੇ ਦੇ ਰੂਬਰੂ ਨਹੀਂ ਹੋ ਸਕੇ, ਉਹਦੇ ਲਈ ਮਾਫ਼ੀ ਮੰਗਦੇ ਹਾਂ। ਪਰੰਤੂ ਮਜਬੂਰੀ ਸਰੀਰਕ ਰੂਪ ਦੇ ਵਿੱਚ ਸਾਹਮਣੇ ਆਈ ਕਿ ਇੱਕਦਮ ਪਰਮੇ ਕੇ ਪਿਛਲੇ 2-3 ਮਹੀਨਿਆਂ ਤੋਂ ਨਿਰੰਤਰ ਇਸ ਗੱਲ ਦੀ ਸ਼ਿਕਾਇਤ ਸੀ, ਪਰੰਤੂ ਚਿਰ ਜੇ ਨੇ ਕੁਛ ਪੰਥਕ ਕਾਰਜ ਕੁਛ ਇਸ ਕਰਕੇ ਕੋਈ ਬਹੁਤਾ ਧਿਆਨ ਨਾ ਦਿੱਤਾ ਗਿਆ। ਫਿਰ ਅਚਾਨਕ ਉਹ ਬਿਮਾਰੀ ਦੇ ਤਾਂ ਬਿਮਾਰੀ ਹੁੰਦੀ ਆ, ਸੋ ਸਰੀਰ ਦਾ ਜਿਹੜਾ ਨਰਵਸ ਸਿਸਟਮ ਸੀ ਪੂਰਾ ਉਹ ਬ੍ਰੇਕਡਾਊਨ ਹੋ ਗਿਆ, ਅਸਮਰਥ ਹੋ ਗਏ ਅਤੇ ਉਸ ਤੋਂ ਬਾਅਦ ਹਸਪਤਾਲ 'ਚ ਵੀ ਦਾਖਲ ਹੋਣਾ ਪਿਆ ਅਤੇ ਉਸ ਤੋਂ ਬਾਅਦ ਵੀ ਨਿਰੰਤਰ ਹੁਣ ਵੀ ਜਿਹੜਾ ਇਲਾਜ ਆ ਚੱਲ ਰਿਹਾ, ਤੀਸਰੇ ਦਿਨ ਹਸਪਤਾਲ ਜਾ ਕੇ ਚੈੱਕਅਪ ਕਰਾਉਣਾ ਪੈਂਦਾ। ਮੁੱਖ ਰੂਪ ਦੇ ਵਿੱਚ ਸਰੀਰ ਦੇ ਵਿੱਚ ਜਿਹੜੇ ਮੁੱਖ ਮਿਨਰਲਸ ਅਤੇ ਵਿਟਾਮਿਨ ਹੁੰਦੇ ਨੇ ਜੀ, ਜਿਹਦੇ 'ਚ ਸੋਡੀਅਮ, ਕੈਲਸ਼ੀਅਮ, ਪੋਟਾਸ਼ੀਅਮ, B12, B6 ਹੈ, B4 ਹੈ, ਇਹ ਸਾਰੇ ਇਹਨਾਂ ਦੀ ਮਾਤਰਾ ਸੀ ਜਿਹੜੀ ਉਹ ਲੋਅਰ ਲੈਵਲ 'ਤੇ ਚਲੀ ਗਈ, ਉਹਦੇ ਕਾਰਨ ਨਰਵਸ ਸਿਸਟਮ ਸੀ ਜਿਹੜਾ ਪੂਰੀ ਤਰ੍ਹਾਂ ਬ੍ਰੇਕ ਹੋ ਗਿਆ ਅਤੇ ਸਰੀਰ ਦੇ ਵਿੱਚ ਕਮਜ਼ੋਰੀ ਲੋੜ ਤੋਂ ਵੱਧ ਆ ਗਈ ਅਤੇ ਇਸ ਕਾਰਨ ਹਸਪਤਾਲ ਦੇ ਵਿੱਚ ਵੀ ਦਾਖਲ ਰਹਿਣਾ ਪਿਆ ਅਤੇ ਹਲੇ ਵੀ ਮਤਲਬ ਕਮਜ਼ੋਰੀ ਹੈ ਜਿਹੜੀ ਉਹ ਨਿਰੰਤਰ ਉਸੇ ਤਰ੍ਹਾਂ ਬਰਕਰਾਰ ਆ। ਸਰੀਰ ਦਾ ਜਿਹੜਾ ਥੱਲੇ ਵਾਲਾ ਹਿੱਸਾ ਜਿਹੜਾ ਹੈ ਪੂਰੀ ਤਰ੍ਹਾਂ ਠੰਡਾ ਹੈ। ਇਸ ਵੇਲੇ ਵੀ ਮਤਲਬ ਰਾਤ ਨੂੰ ਕੰਬਲ ਲੈ ਕੇ ਸੌਣਾ ਪੈਂਦਾ। ਸੋ ਡਾਕਟਰਾਂ ਨੇ ਕਿਹਾ ਤਕਰੀਬਨ 3 ਮਹੀਨੇ ਇਹ ਇਲਾਜ ਹੈ ਜਿਹੜਾ ਨਿਰੰਤਰ ਚੱਲੂਗਾ। ਸੋ ਮੈਂ ਧੰਨਵਾਦੀ ਹਾਂ ਖਾਸ ਕਰਕੇ ਆਪਣੇ ਦਰਸ਼ਕਾਂ ਦਾ, ਪਹਿਰੇਦਾਰ ਦੇ ਪਾਠਕਾਂ ਦਾ, ਜਿਨ੍ਹਾਂ ਦੀਆਂ ਅਰਦਾਸਾਂ ਦੇ ਨਾਲ, ਕਿਉਂਕਿ ਡਾਕਟਰਾਂ ਨੇ ਮਤਲਬ ਇਹ ਗੱਲ ਕਹੀ ਸੀ ਕਿ ਘੱਟੋ ਘੱਟ 3 ਮਹੀਨੇ ਮਤਲਬ ਤੁਹਾਡਾ ਸਰੀਰ ਆਏ ਸ਼ਾਇਦ ਮਤਲਬ ਕੰਮ ਕਰਨ ਦੇ ਯੋਗ ਨਹੀਂ ਹੋ ਸਕਦਾ, ਪਰੰਤੂ ਉਹਨਾਂ ਅਰਦਾਸਾਂ ਦੀ ਮਹਾਨਤਾ, ਉਹਨਾਂ ਅਰਦਾਸਾਂ ਦੀ ਤਾਕਤ, ਉਹਨਾਂ ਅਰਦਾਸਾਂ ਦਾ ਆਸ਼ੀਰਵਾਦ ਸੀ ਜਿਹੜਾ ਉਹ ਅੱਜ 3 ਹਫ਼ਤਿਆਂ ਦੇ ਬਾਅਦ ਦਰਸ਼ਕਾਂ ਦੇ ਰੂਬਰੂ ਹੋਣ ਦਾ ਮਤਲਬ ਮੌਕਾ ਜਿਹੜਾ ਉਹ ਪ੍ਰਾਪਤ ਹੋਇਆ। ਮੈਂ ਸਮਝਦਾ ਕਿ ਇਹ ਸਿਰਫ ਅਤੇ ਸਿਰਫ ਸਾਡੇ ਦਰਸ਼ਕਾਂ ਦੀਆਂ, ਸਾਡੇ ਪਹਿਰੇਦਾਰ ਦੇ ਪਾਠਕਾਂ ਦੀਆਂ, ਜਿਹੜੇ ਦਿਲੋਂ ਪਿਆਰ ਕਰਦੇ ਨੇ ਪਹਿਰੇਦਾਰ ਨੂੰ ਅਤੇ ਸਾਨੂੰ, ਉਹਨਾਂ ਦੀਆਂ ਅਰਦਾਸਾਂ ਦੀ ਇਹ ਤਾਕਤ ਹੈ ਕਿ ਮਤਲਬ ਡਾਕਟਰ ਨੇ 3 ਮਹੀਨੇ ਦਾ ਸਮਾਂ ਦਿੱਤਾ ਸੀ ਅਤੇ ਅਸੀਂ 3 ਹਫ਼ਤਿਆਂ ਦੇ ਵਿੱਚ ਹੀ ਆਪਣੇ ਦਰਸ਼ਕਾਂ ਦੇ ਰੂਪ ਹੋਣ ਦੇ ਯੋਗ ਹੋ ਗਏ ਹਾਂ। ਸੋ ਉਹਨਾਂ ਸਾਰੇ ਦਰਸ਼ਕਾਂ ਦਾ, ਫਿਰ ਪਾਠਕਾਂ ਦਾ, ਜਿਨ੍ਹਾਂ ਨੇ ਅਰਦਾਸਾਂ ਕੀਤੀਆਂ, ਸੱਚੇ ਮਨੋਂ ਅਰਦਾਸਾਂ ਕੀਤੀਆਂ ਜਿਹੜੀਆਂ ਗੁਰੂ ਸਾਹਿਬ ਨੇ ਸੁਣੀਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਸਰੀਰਕ ਰੂਪ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਆਈਆਂ, ਤੁਸੀਂ ਉਹਨਾਂ ਦੇ ਲਈ
ਕਿਹੜੇ ਕਾਰਨਾਂ ਨੂੰ ਮੁੱਖ ਦੋਸ਼ੀ ਮੰਨਦੇ ਹੋ? ਗੁਰੂ ਆਖਰ ਨੂੰ ਸਰੀਰ ਹੈ ਜਿਹੜਾ ਸਾਡਾ ਵੀ ਇੱਕ ਮਸ਼ੀਨ ਹੈ, ਅਤੇ ਜਦੋਂ ਤੁਸੀਂ ਉਸ ਤੋਂ ਮਤਲਬ ਜਿਵੇਂ ਕਹਿ ਦਿੰਦੇ ਹਾਂ ਕਿ ਓਵਰਲੋਡ ਕੰਮ ਲੈਂਦੇ ਹਾਂ ਅਤੇ ਉਹ ਕਿਤੇ ਨਾ ਕਿਤੇ ਉਹਦੇ ਫਰਕ ਪੈਂਦਾ ਹੈ, ਅਤੇ ਮਸ਼ੀਨ ਦਾ ਕੋਈ ਇੰਜਣ ਹੈ ਜਿਹੜਾ ਛੇਤੀ ਖੁੱਲ੍ਹ ਜਾਂਦਾ ਸਾਰਾ, ਮਤਲਬ ਉਹ ਮਤਲਬ ਉਹੀ ਰੂਪ ਆ ਜਿਹੜਾ ਜਿਹੜਾ ਮਤਲਬ ਸਟਰੈਸ ਆ ਜਿਹੜਾ ਉਹ ਮਾਨਸਿਕ ਰੂਪ ਵਿੱਚ ਵੀ ਅਤੇ ਸਰੀਰਕ ਰੂਪ ਦੇ ਵਿੱਚ ਵੀ ਉਹ ਨਿਰੰਤਰ ਵੱਧਦਾ ਰਿਹਾ, ਨਿਰੰਤਰ ਵੱਧਦਾ ਰਿਹਾ। ਮਤਲਬ ਉਸ ਕਾਰਨ ਇਹ ਸਾਰਾ ਕੁਛ, ਕਿਉਂਕਿ ਪਹਿਰੇਦਾਰ ਦੀ ਆਰਥਿਕ ਸਥਿਤੀ ਹੈ ਜਿਹੜੀ ਉਹ ਵੀ ਕੋਈ ਬਹੁਤੀ ਚੰਗੀ ਨਹੀਂ, ਉਹਦੇ ਨਾਲ ਵੀ ਨਿਰੰਤਰ ਜੂਝਣਾ ਪੈਂਦਾ। ਦੂਸਰੇ ਪਾਸੇ ਕੌਮ ਦੀ ਜਿਹੜੀ ਸਥਿਤੀ ਆ ਮੁੱਖ ਰੂਪ ਦੇ ਵਿੱਚ ਉਹ ਉਸ ਤੋਂ ਵੀ ਮਾੜੀ ਆ। ਅਸੀਂ ਮਤਲਬ ਇਹਨਾਂ ਸਥਿਤੀਆਂ ਦੇ ਵਿੱਚ ਜਿਸ ਦਿਨ ਤੋਂ ਕੌਮ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੰਬੰਧ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕਾਂਡ 'ਚ ਇੱਕ ਸੰਘਰਸ਼ ਆਰੰਭਿਆ ਅਤੇ ਕੌਮ ਨੂੰ ਪਿੱਠ ਦੇ ਗਈ। ਉਸ ਦਿਨ ਤੋਂ ਮਤਲਬ ਇੱਕ ਮਾਨਸਿਕ ਰੂਪ ਦੇ ਵਿੱਚ ਜਿਹੜਾ ਤਣਾਅ ਅਤੇ ਦਬਾਅ ਸੀ ਜਿਹੜਾ ਉਹ ਮਤਲਬ ਵੱਧਦਾ ਰਿਹਾ, ਉਹ ਮੈਂ ਸਮਝਦਾ ਕਿ ਸਭ ਤੋਂ ਮੁੱਖ ਕਾਰਨ ਹੈ ਜਿਹੜਾ ਉਹ ਬਣਿਆ। ਬਾਕੀ ਜਿਹੜੇ ਚਲੋ ਕੰਮ ਜਿਹੜਾ ਉਹ ਵੱਧ ਕਰਨਾ ਪੈਂਦਾ, ਘੱਟ ਕਰਨਾ ਪੈਂਦਾ, ਸਫ਼ਰ ਕਰਨਾ ਪੈਂਦਾ, ਇਹ ਤਾਂ ਨਿਰੰਤਰ ਜਦੋਂ ਤੋਂ ਇਸ ਰਸਤੇ 'ਤੇ ਚੱਲੇ ਹਾਂ ਮਤਲਬ ਨਿਰੰਤਰ ਹੀ ਹੈ, ਕੋਈ ਬਹੁਤਾ ਕਾਰਨ ਨਹੀਂ ਮੰਨਦਾ। ਪਰੰਤੂ ਇਹ ਜਿਹੜਾ ਮੁੱਖ ਰੂਪ ਦੇ ਵਿੱਚ ਇੱਕ ਹਮੇਸ਼ਾ ਤਣਾਅ ਗ੍ਰਸਤ ਰਹਿਣ ਦਾ ਕਾਰਨ ਬਣਿਆ ਉਹ ਮਤਲਬ ਇੱਕ ਤਾਂ ਇਹ ਕੌਮ ਦੇ ਵਿੱਚ ਅਜਿਹੇ ਸਮੇਂ ਜਦੋਂ ਪੁਰਾਤਨ ਇਤਿਹਾਸ ਦੇਖਦੇ ਹਾਂ ਅਤੇ ਵਰਤਮਾਨ ਇਤਿਹਾਸ ਦੇਖਦੇ ਹਾਂ ਉਹਦੇ ਵਿੱਚ ਜਿਹੜਾ ਐਡਾ ਵੱਡਾ ਖਲਾਅ ਆ ਗਿਆ, ਐਡੀ ਵੱਡੀ ਦੂਰੀ ਆ ਗਈ ਆ ਕਿ ਅਸੀਂ ਆਪਣੇ ਮਤਲਬ ਗੁਰੂ ਦੀ ਬੇਅਦਬੀ ਆ ਜਿਹੜੀ ਉਹਨੂੰ ਵੀ ਬਰਦਾਸ਼ਤ ਕਰਨ ਲੱਗ ਪਏ ਹਾਂ। ਕੌਮ ਇਸ ਪੁਜੀਸ਼ਨ 'ਚ ਇਸ ਸਥਿਤੀ 'ਚ ਪਹੁੰਚ ਗਈ ਹੈ ਅਤੇ ਫਿਰ ਏਕੇ ਵਾਲੇ ਪਾਸੇ ਕੋਈ ਵੀ ਤੁਰਨ ਲਈ ਤਿਆਰ ਨਹੀਂ। ਹਰ ਕੋਈ ਆਪੋ ਆਪਣੀ, ਜਿਵੇਂ ਅੱਗੇ ਵੀ ਕਈ ਵਾਰ ਕਿਹਾ, ਹੁਣ ਵੀ ਅੱਜ ਵੀ ਦੁਖੀ ਮਨ ਦੇ ਨਾਲ ਕਹਿੰਦਾ, ਹਰ ਕੋਈ ਆਪੋ ਆਪਣੀ ਦੁਕਾਨਦਾਰੀ ਹੈ ਜਿਹੜੀ ਉਹ ਖੋਲ੍ਹ ਕੇ ਬੈਠਾ ਅਤੇ ਉਸ ਨੂੰ ਮਤਲਬ ਕੌਮ ਦੇ ਨਾਲ ਕਿਸੇ ਨੂੰ ਕੋਈ ਉਸ ਤਰ੍ਹਾਂ ਦਾ ਲਗਾ ਨਹੀਂ ਜਿਹੜਾ ਕਦੇ ਕੌਮ ਦੇ ਜਿਹੜੇ ਆਗੂ ਸੀ ਜਿਹਨਾਂ ਨੂੰ ਹੁੰਦਾ ਸੀ। ਮੈਂ ਮੇਰਾ ਪੰਥ ਜੀਵੇ ਵਾਲੀ ਭਾਵਨਾ ਸੀ ਜਿਹੜੀ ਉਹ ਅੱਜ ਮੈਂ ਤਾਂ ਬਹੁਤ ਨੇੜੇ ਹੋ ਕੇ ਵੇਖਿਆ ਸਾਰਿਆਂ ਨੂੰ, ਮਤਲਬ ਜੋ ਕੁਝ ਵੀ ਅਸੀਂ ਉਹਨਾਂ ਅੱਗੇ ਜੋ ਵੀ ਮਤਲਬ ਪੈਰੀ ਹੱਥ ਲਾਉਣ ਵਾਲੀ ਗੱਲ, ਪਰੰਤੂ ਏਕੇ ਵਾਲੇ ਪਾਸੇ ਕੋਈ ਤੁਰਨ ਲਈ ਤਿਆਰ ਨਹੀਂ। ਸੋ ਉਸ ਕਾਰਨ ਜਿਹੜੀ ਕੌਮ ਦੀ ਦੁਰਗਤੀ ਹੋ ਰਹੀ ਆ, ਸੋ ਜਿਹੜਾ ਇੱਕ ਮਾਨਸਿਕ ਤਣਾਅ ਜਿਹੜਾ ਉਹਨੂੰ ਝੱਲਣਾ ਜਿਹੜਾ ਉਹ ਮੈਨੂੰ ਲੱਗਦਾ ਕਿ ਬੇਹੱਦ ਔਖਾ। ਇਸ ਔਖੀ ਘੜੀ ਦੇ ਵਿੱਚ ਤੁਹਾਨੂੰ ਕਿੰਨੀ ਕੁ ਮਦਦ ਮਿਲੀ? ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਆ ਕਿ ਜਿਹੜੇ ਪਹਿਰੇਦਾਰ ਦੇ ਸ਼ੁਭ ਚਿੰਤਕ ਸਹਿਯੋਗੀ ਆ, ਇੱਕ ਗੱਲ ਤਾਂ ਇਹ ਉੱਭਰ ਕੇ ਸਾਹਮਣੇ ਆਈ ਹੈ ਕਿ ਉਹਦੇ ਵਿੱਚ ਸਿਰਫ ਅਤੇ ਸਿਰਫ ਕਿਰਤੀ ਸਿੰਘ ਨੇ ਜੀ। ਸਰਮਾਏਦਾਰ ਧਿਰ ਆ ਜਿਹੜੀ ਉਹ ਸਿੱਖ ਪੰਥ ਦੀ ਆ ਅਤੇ ਬਗਾਨੀਆਂ 'ਚ ਅਸੀਂ ਗੱਲ ਹੀ ਕਰਨੀ ਆ, ਉਹਨਾਂ ਨੂੰ ਕਿਸੇ ਨੂੰ ਪਹਿਰੇਦਾਰ ਨਾਲ ਕੋਈ ਲਗਾ ਨਹੀਂ। ਕੱਲ੍ਹ ਬੰਦ ਹੁੰਦਾ, ਅੱਜ ਬੰਦ ਹੋ ਜਾਵੇ, ਉਹਨਾਂ ਨੂੰ ਕੋਈ ਲਗਾ ਨਹੀਂ। ਪਰੰਤੂ ਜਿਹੜੀ ਕਿਰਤੀ 'ਚ ਰਹਿਣੀ ਹੈ ਸਿੱਖਾਂ ਦੀ, ਉਹਨਾਂ ਦੇ ਮਨ 'ਚ ਕਿੰਨਾ ਕੁ ਦਰਦ ਹੈ,
ਉਹ ਮੈਂ ਜ਼ਰੂਰ ਨੇੜੇ ਹੋ ਕੇ ਦੇਖਿਆ ਇਸ ਗੱਲ 'ਚ, ਅਤੇ ਉਹਨਾਂ ਵੱਲੋਂ ਹਰ ਤਰ੍ਹਾਂ ਦੀ ਮਦਦ ਵੀ ਹੋਈ ਹੈ। ਠੀਕ ਹੈ ਕਿ ਉਹ ਜਿਹੜੀ ਵੱਡੇ ਪੱਧਰ 'ਤੇ ਮਦਦ ਦੀ ਲੋੜ ਸੀ ਉਹ ਨਹੀਂ ਹੋ ਸਕੀ, ਇਸੇ ਕਾਰਨ ਇਹ ਜਿਹੜਾ ਡਿਸਕ ਵਾਲਾ ਪ੍ਰੋਬਲਮ ਆ ਜਿਹੜੀ ਇਹਦਾ ਆਪਰੇਸ਼ਨ ਆ ਜਿਹੜਾ ਉਹਨੂੰ ਅਸੀਂ ਹਾਲੇ ਪੈਂਡਿੰਗ ਛੱਡਦਾ ਕੋਈ ਨਹੀਂ, ਗੁਰੂ ਕਿਰਪਾ ਕਰੂ ਕਦੇ। ਸੋ ਇਹ ਗੱਲ ਜ਼ਰੂਰ ਸਾਹਮਣੇ ਉੱਭਰ ਕੇ ਆ ਗਈ ਆ ਕਿ ਪਹਿਰੇਦਾਰ ਦੇ ਨਾਲ ਜਿਹੜਾ ਕਿਰਤੀ ਸਿੱਖ ਆ, ਚਾਹੇ ਉਹ ਕਿਸੇ ਵੀ ਖੇਤਰ ਦਾ ਵਾ, ਉਹ ਤਨੋ ਮਨੋ ਤਨੋ ਮਤਲਬ ਭਾਵਨਾਵਾਂ ਨਾਲ ਜੁੜਿਆ ਹੋਇਆ, ਅਤੇ ਉਹਨਾਂ ਦੀਆਂ ਅਰਦਾਸਾਂ ਸਦਕਾ ਹੀ ਅੱਜ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਹੜਾ 3 ਮਹੀਨੇ ਦਾ ਡਾਕਟਰਾਂ ਨੇ ਸਮਾਂ ਦਿੱਤਾ ਸੀ ਉਹ 3 ਹਫ਼ਤਿਆਂ ਤੱਕ ਸੀ। ਮਾਨਸਿਕ ਰੂਪ ਦੇ ਵਿੱਚ ਜਿਹੜਾ ਦਬਾਅ ਤੁਹਾਡੇ 'ਤੇ ਹੈ ਉਹ ਆਖਿਰ ਕਿਵੇਂ ਦੂਰ ਹੋ ਸਕਦਾ ਹੈ? ਦੇਖੋ ਪਰ ਨੂੰ ਗੱਲ ਕਹਿਣੀ ਤਾਂ ਬੜੀ ਸੌਖੀ ਹੁੰਦੀ ਹੈ ਪਰੰਤੂ ਕਮਾਉਣੀ ਬਹੁਤ ਔਖੀ ਹੈ ਜੀ। ਸੋ ਇਹ ਜਿਹੜਾ ਮਾਨਸਿਕ ਦਬਾਅ ਜਿਹੜਾ ਮੈਂ ਆਪਣੇ ਪਹਿਰੇਦਾਰ ਦੇ ਸਤਿਕਾਰ ਅਤੇ ਦਰਸ਼ਕਾਂ ਦੇ ਨਾਲ ਮਤਲਬ ਸੱਚੀ ਭਾਵਨਾ ਜਿਹੜੀ ਮੇਰੀ ਉਹਦੇ 'ਚ ਕੋਈ ਬਲ ਨਹੀਂ, ਕੋਈ ਫਰੇਮ ਨਹੀਂ, ਕੋਈ ਝੂਠ ਨਹੀਂ, ਕੋਈ ਮਕਾਰ ਨਹੀਂ, ਕਿ ਉਹੀ ਭਾਵਨਾ ਜਿਹੜੀ ਕਦੇ ਹੁੰਦੀ ਸੀ ਪੁਰਾਤਨ ਸਿੰਘਾਂ 'ਚ ਕਿ ਮੈਂ ਮਰਾਂ ਪੰਥ ਜੀਵੇ। ਘੱਟੋ ਘੱਟ ਇਹ ਖਾਲਸਾ ਪੰਥ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਿਸ ਮਿਸ਼ਨ ਨੂੰ ਲੈ ਕੇ ਪਹਿਰੇਦਾਰ ਸ਼ੁਰੂ ਕੀਤਾ ਗਿਆ ਵਾ, ਪਹਿਰੇਦਾਰ ਦਾ ਇਹ ਚੈਨਲ ਸ਼ੁਰੂ ਕੀਤਾ ਗਿਆ, ਕਿ ਗੁਰੂ ਸਾਹਿਬਾਨ ਨੇ ਜੇ ਮਤਲਬ ਧਾਰਮਿਕ ਗ੍ਰੰਥ ਹੈ ਦੁਨੀਆਂ ਦੇ ਵਿੱਚ ਕੋਈ ਜਿਹੜਾ ਦੁਨੀਆਂ ਨੂੰ ਹਰ ਖੇਤਰ 'ਚ ਅਗਵਾਈ ਦੇ ਸਕਦਾ ਤਾਂ ਉਹ ਸਿਰਫ ਅਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਇਹਦੇ ਵਿੱਚ ਮਤਲਬ ਕੋਈ ਵੀ ਕਿੰਤੂ ਪਰੰਤੂ ਨਹੀਂ, ਕਿਸੇ ਧਰਮ ਦਾ ਕੋਈ ਵਿਅਕਤੀ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ। ਦੂਸਰੇ ਪਾਸੇ ਜਿਹੜੀ ਸਰਦਾਰੀ ਬਖਸ਼ ਕੇ ਗਏ ਨੇ ਦਸ਼ਮੇਸ਼ ਪਿਤਾ, ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਉਹ ਬਿਸ਼ਨ ਦੀ ਸਰਦਾਰੀ ਦੀ ਗੱਲ ਗੁਰੂ ਸਾਹਿਬ ਕਰਕੇ ਗਏ ਨੇ। ਪਰੰਤੂ ਅਸੀਂ ਕਿੱਥੇ ਖੜ੍ਹੇ ਹਾਂ, ਅਸੀਂ ਮਤਲਬ ਕਿੱਥੇ ਖੜ੍ਹੇ ਹਾਂ, ਕਿੱਥੇ ਜਾ ਰਹੇ ਹਾਂ? ਸੋ ਇਹ ਜਦੋਂ ਮਤਲਬ ਕੌਮ ਇਸ ਪਾਸੇ ਤੁਰ ਪਈ, ਅੱਜ ਸਾਡੇ ਕੋਲ ਜਿਹੜੀ ਸੰਚਾਰ ਸਾਧਨਾਂ ਦੀ ਕ੍ਰਾਂਤੀ ਆ, ਜੇ ਅਸੀਂ ਇਸ ਨੂੰ ਸਿਆਣਪ ਭਰੇ ਢੰਗ ਦੇ ਨਾਲ ਪੂਰੀ ਤਰ੍ਹਾਂ ਇਸ ਬਾਰੇ ਜਾਣਕਾਰੀ ਲੈ ਕੇ ਆਪਣੇ ਮਨ ਦੇ ਵਿੱਚ, ਆਪਣੇ ਮਨ ਮਸਤਕ ਦੇ ਵਿੱਚ ਗਿਆਨ ਭਰ ਕੇ ਗੁਰਬਾਣੀ ਕੀ ਕਹਿੰਦੀ ਆ, ਸਿੱਖੀ ਸਿਧਾਂਤ ਕੀ ਕਹਿੰਦੇ ਨੇ, ਸੋ ਅਸੀਂ ਇਹ ਸੰਚਾਰ ਸਾਧਨਾਂ ਰਾਹੀਂ ਦੁਨੀਆਂ ਦੇ ਸਾਹਮਣੇ ਸਿੱਖ ਕੌਮ ਗੁਰੂ ਸਾਹਿਬਾਨ ਨੇ ਕਿਉਂ ਪੈਦਾ ਕੀਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕਿਉਂ ਕੀਤੀ ਹੈ, ਇਸ ਮਕਸਦ ਨੂੰ, ਇਸ ਮੰਤਵ ਨੂੰ, ਇਸ ਮਿਸ਼ਨ ਨੂੰ ਜੇ ਅਸੀਂ ਸਮੁੱਚੀ ਦੁਨੀਆਂ ਅੱਗੇ ਲੈ ਕੇ ਤੁਰੀਏ ਅਤੇ ਜਿਹੜਾ ਨਿਸ਼ਾਨਾ ਹੈ ਉਹ ਬਹੁਤ ਹੀ ਦੂਰ ਨਹੀਂ। ਮੈਂ ਇਸ ਗੱਲ ਲਈ ਵੀ ਮੇਰੇ ਵਿਸ਼ਵਾਸ ਹੈ, ਪਰੰਤੂ ਦੁੱਖ ਇਸ ਗੱਲ ਦਾ ਕਿ ਇਸ ਪਾਸੇ ਇਸ ਮਾਰਗ 'ਤੇ ਹਾਲੇ ਕੋਈ ਤੁਰਨ ਲਈ ਤਿਆਰ ਨਹੀਂ ਦਿਖਾਈ ਦੇ ਰਿਹਾ। ਸੋ ਜਿਸ ਦਿਨ ਇਸ ਪਾਸੇ ਇਸ ਮਾਰਗ ਦੇ ਰਾਹੀ ਨੇ ਜਿਹੜੇ ਦੀਵੇ ਨਾਲ ਦੀਵਾ ਜਗਦਾ, ਜਿਹੜਾ ਜਦੋਂ ਇੱਕ ਦੀਵੇ ਤੋਂ ਬਾਅਦ ਦੂਜੇ ਤੋਂ ਬਾਅਦ ਤੀਜਾ ਦੀਵਾ ਜਗਣਾ ਸ਼ੁਰੂ ਹੋ ਜੂਗਾ, ਉਹਦੇ ਨਾਲ ਮੈਨੂੰ ਜਿਹੜੀ ਮਾਨਸਿਕ ਜਿਹੜਾ ਮੇਰਾ ਤਣਾਅ ਉਹ ਵੀ ਦੂਰ ਹੋਜੂ, ਮਾਨਸਿਕ ਸੰਤੁਸ਼ਟੀ ਵੀ ਮਿਲ ਜੂਗੀ ਅਤੇ ਤਾਕਤ ਵੀ ਮਿਲੂਗੀ ਕਿ ਅਸੀਂ ਕੌਮ ਨੂੰ ਉਸ ਮਾਰਗ 'ਤੇ ਅੱਗੇ ਲੈ ਕੇ ਤੁਰੀਏ, ਅੱਗੇ ਲੈ ਕੇ ਚੱਲੀਏ। ਅੱਜ ਦੀ ਕਿਸੇ ਪੰਥਕ ਸਮੱਸਿਆ ਬਾਰੇ ਵੀ ਸਾਡੇ ਦਰਸ਼ਕਾਂ ਦੇ ਨਾਲ ਜਾਂਦੇ ਜਾਂਦੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਓ। ਦੇਖੋ ਕੱਲ ਦੀ ਸੰਪਾਦਕੀ ਦੇ ਵਿੱਚ ਮੈਂ ਇੱਕ ਸਮਝ ਲਓ ਚਾਹੇ ਮੌਕਾ ਸਮਝ ਲਓ ਚਾਹੇ ਖਦਸ਼ਾ ਸੀ ਜਿਹੜਾ ਆਪਣੇ ਮਨ ਦਾ ਉਹ ਪ੍ਰਗਟਾਇਆ ਸੀ ਕਿ ਉਹ ਜਿਹੜਾ ਪੰਜਾਬ ਦਾ RSS ਦਾ ਮੀਤ ਪ੍ਰਧਾਨ ਹੈ ਸਾਬਕਾ ਬ੍ਰਿਗੇਡੀਅਰ ਗਗਨੇਸ਼ਰ, ਉਹਦੇ 'ਚ ਜਲੰਧਰ 'ਚ ਹਮਲਾ ਹੋਇਆ, ਗੰਭੀਰ ਹਾਲਤ 'ਚ ਲੁਧਿਆਣੇ ਦੇ ਦਿਆਨੰਦ ਹਸਪਤਾਲ 'ਚ ਦਾਖਲ ਹੈ।
ਸਮੁੱਚਾ ਪੰਜਾਬ ਅਤੇ ਸਾਰਾ ਇਹ ਜਿਹੜਾ ਭਗਵਾ ਲਾਣਾ ਉਹ ਸਾਰਾ ਉੱਥੇ ਇਕੱਠਾ ਹੋਇਆ ਹੋਇਆ ਵਾ। ਬਹਾਦਰ ਪਿਓ ਪੁੱਤ ਵੀ ਉੱਥੇ ਬੈਠੇ ਨੇ। ਸੋ ਮੈਂ ਖਦਸ਼ਾ ਪ੍ਰਗਟਾਇਆ ਸੀ ਕਿ ਇਸ ਗਗਨੇਜੇ 'ਤੇ ਜਿਹੜਾ ਹਮਲਾ ਹੋਇਆ, ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਦਬਾਅ ਬਾਦਲ ਸਰਕਾਰ 'ਤੇ ਨਾਗਪੁਰ ਤਖ਼ਤ ਭਗਵਾਂ ਤਖ਼ਤ ਦਾ ਪੈ ਰਿਹਾ ਵਾ, ਕੇਂਦਰ ਸਰਕਾਰ ਦਾ ਪੈ ਰਿਹਾ, ਉਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ 'ਤੇ ਜ਼ੁਲਮ ਤਸ਼ੱਦਦ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋਊਗਾ। ਉਹ ਜਿਹੜਾ ਮੇਰਾ ਖਦਸ਼ਾ ਸੀ ਉਹ ਸੱਚ ਸਿੱਧ ਹੋਣਾ ਸ਼ੁਰੂ ਹੋ ਗਿਆ। ਅੱਜ ਰਿਪੋਰਟਾਂ ਮਿਲੀਆਂ ਨੇ ਕਿ ਹੁਸ਼ਿਆਰਪੁਰ ਦੇ 3 ਸਿੱਖ ਨੌਜਵਾਨ ਅਤੇ ਉਹ ਜਥੇਬੰਦੀ ਜਿਹੜੀ ਹਮੇਸ਼ਾ ਮਤਲਬ ਸਰਬੱਤ ਦੇ ਭਲੇ ਲਈ ਕੰਮ ਕਰਦੀ ਹੈ, ਸਿੱਖ ਪਰ ਜਸਟਿਸ ਹੈ ਜਿਹੜੀ, ਉਹਨੂੰ ਵੀ ਇਸ ਲਪੇਟੇ 'ਚ ਲੈ ਲਿਆ। ਸੋ ਸਰਕਾਰ ਆ ਜਿਹੜੀ, ਜਿਹੜਾ ਮੈਂ ਖਦਸ਼ਾ ਪ੍ਰਗਟਾਇਆ ਸੀ, ਉਸ ਪਾਸੇ ਤੁਰ ਪਈ ਆ ਕਿ ਇਸ ਬਹਾਨੇ ਸਿੱਖ ਨੌਜਵਾਨਾਂ 'ਤੇ ਜ਼ੁਲਮ ਤਸ਼ੱਦਦ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ। ਸੋ ਜੇ ਕੌਮ ਸੁਚੇਤ ਨਾ ਹੋਈ, ਜਿਸ ਤਰ੍ਹਾਂ ਹੁਸ਼ਿਆਰਪੁਰ ਦੇ 3 ਨੌਜਵਾਨ ਆ ਉਹ ਗ੍ਰਿਫਤਾਰ ਕਰ ਲਏ ਨੇ, 2 ਜਿਹੜੇ ਆ ਉਹ ਹੋਰ ਨਾਮਜ਼ਦ ਕੀਤੇ ਨੇ, ਇਹ ਗਿਣਤੀ ਆ ਜਿਹੜੀ ਦਿਨੋ ਦਿਨ ਵਧਣੀ ਆ। ਸੋ ਜੇ ਕੌਮ ਇਸ ਪਾਸੇ ਸੁਚੇਤ ਹੋ ਕੇ ਨਾ ਖੜੀ, ਪਹਿਰੇਦਾਰੀ ਨਾ ਕੀਤੀ, ਤਾਂ ਇਹ ਜ਼ੁਲਮ ਤਸ਼ੱਦਦ ਦਾ ਦੌਰ ਆ ਜਿਹੜਾ ਇਹ ਦਿਨੋ ਦਿਨ ਭਿਆਨਕ ਹੁੰਦਾ ਜਾਊਗਾ। ਸੋ ਇਹ ਮੈਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੂੰਗਾ ਕਿ ਅੱਜ ਕੌਮ ਦੀ ਜਿਹੜੀ ਸਥਿਤੀ ਆ ਉਹ ਇਸ ਥਾਂ 'ਤੇ ਆ ਕੇ ਖੜੀ ਆ ਕਿ ਪੰਜਾਬ ਦੀਆਂ ਚੋਣਾਂ ਨੇ ਜਿਹੜੀਆਂ ਉਹ ਸਿੱਖਾਂ ਦੇ ਸਿਰਾਂ 'ਤੇ ਲੜੀਆਂ ਜਾਣਗੀਆਂ। ਆਹ ਸਥਿਤੀ ਮੈਂ ਦੇਖ ਰਿਹਾ ਮੈਂ ਸਾਹਮਣੇ ਕਿ ਸਿੱਖਾਂ ਦੇ ਸਿਰਾਂ 'ਤੇ 2017 ਦੀਆਂ ਚੋਣਾਂ ਲੜਨ ਦੀ ਤਿਆਰੀ ਆ ਜਿਹੜੀ ਉਹ ਸਾਰੀਆਂ ਇਹ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਉਹਨਾਂ ਨੇ ਕਰ ਲਈ ਆ। ਅਤੇ ਹੁਣ ਸਿੱਖ ਕੌਮ ਆ ਜਿਹੜੀ ਉਹ ਅੱਗੋਂ ਮੋੜਵਾਂ ਜਵਾਬ ਦੇਣ ਦੇ ਸਮਰੱਥ ਹੁੰਦੀ ਆ ਜਾਂ ਉਹੀ ਜਿਹੜੀ ਫੁੱਟ ਆ ਉਹਦੇ ਕਾਰਨ ਸਾਡੇ ਸਿੱਖ ਨੌਜਵਾਨਾਂ 'ਤੇ ਅਸੀਂ ਉਹਨਾਂ ਦਾ ਜ਼ੁਲਮ ਤਸ਼ੱਦਦ ਦਾ ਦੌਰ ਆ ਜਿਹੜਾ ਹੋਰ ਤੇਜ਼ ਕਰਾਉਂਦੇ ਹਾਂ, ਇਹ ਸਾਡੇ 'ਤੇ ਨਿਰਭਰ ਕਰਦਾ। ਸਾਡੀ ਸਿੱਖ ਕੌਮ ਦੀ ਇਹ ਤਰਾਸਦੀ ਰਹੀ ਹੈ ਕਿ ਉਹ ਸੂਰਬੀਰ ਯੋਧਿਆਂ ਨੂੰ ਸ਼ਹੀਦ ਹੋਣ ਤੋਂ ਬਾਅਦ ਤਾਂ ਪੂਰੀ ਤਰ੍ਹਾਂ ਸਿਰ ਮੱਥੇ ਬਿਠਾਉਂਦੀ ਹੈ, ਪਰੰਤੂ ਜਿਉਂਦੇ ਜੀ ਉਹਨਾਂ ਯੋਧਿਆਂ ਦੀ ਕਦਰ ਘੱਟ ਹੀ ਹੁੰਦੀ ਹੈ। ਸੋ ਸਮਾਂ ਰਹਿੰਦੇ ਸਿੱਖ ਕੌਮ ਨੂੰ ਆਪਣੇ ਫਰਜ਼ ਜ਼ਰੂਰ ਪਛਾਣਨੇ ਚਾਹੀਦੇ ਹਨ। ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਗੁਰੂ ਕਿਰਪਾ ਕਰੇ ਨਿਰੰਤਰ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹੀਏ। ਹੁਣ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।